ਹੈਵਾਨੀਅਤ ਦੀ ਹੱਦ ਪਾਰ ਕਰਨ ਵਾਲਿਆਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਰਹਿ ਗਿਆ। ਪਿਛਲੇ ਦਿਨੀ ਲੁਧਿਆਣਾ ਵਿੱਚ ਸਮੂਹਿਕ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਉਸਦੇ ਅਗਲੇ ਦਿਨ ਹੀ ਲੁਧਿਆਣਾ ਤੋਂ ਆਈ ਹੋਈ ਇੱਕ ਲੜਕੀ ਜੋ ਕਿ ਗਲਤੀ ਨਾਲ ਅੰਮ੍ਰਿਤਸਰ ਦੀ ਗੱਡੀ ਵਿੱਚ ਬੈਠ ਗਈ ਸੀ, ਹੋਟਲ ਵਿੱਚ ਕਮਰਾ ਨਾ ਮਿਲਣ ਕਰਕੇ ਆਟੋ ਚਾਲਕਾਂ ਵੱਲੋਂ ਉਸ ਨੂੰ ਹੋਟਲ ਵਿੱਚ ਕਮਰਾ ਦਿਲਾ ਕੇ ਜ਼ਬਰਜਨਾਹ ਕੀਤਾ ਗਿਆ। ਪੁਲਿਸ ਨੇ ਸ਼ਾਪੇ ਮਰੀਦ ਰਾਨ ਇੱਕ ਆਟੋ ਚਾਲਕ ਸਾਫ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਵੱਲੋਂ 3 ਦਿਨਾਂ ਦਾ ਰਿਮਾਂਡ ਮਿਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਉਸਤਾਦ ਦੂਜਾ ਸਾਥੀ ਵੀ ਗ੍ਰਿਫਤਾਰ ਕੀਤਾ ਜਾਵੇਗਾ 16 ਤੱਕ ਰਿਮਾਂਡ ਮਿਲਿਆ ਜੀ ਇਹਦੇ ਕੋ ਹਾਂਜੀ ਉਹ ਇਹਦੇ ਦੂਜਾ ਸਾਥੀ ਜਿਹੜਾ ਵਾ ਉਹਨੂੰ ਫੜਨ ਵਾਸਤੇ ਅੱਛਾ ਜੀ ਤੇ ਤਾਂ ਲੱਗਦਾ ਵਾ ਕਿ ਇਹ ਪੁਲਿਸ ਦਾ ਡਰ ਮੁਕਦਾ ਜਾਂਦਾ ਜਿਹੜਾ ਪਹਿਲੇ ਇੱਕ ਦਿਨ ਪਹਿਲੇ ਲੁਧਿਆਣੀ ਦੇ ਵਿੱਚ ਕਾਂਡ ਹੋਇਆ ਦੂਜੇ ਦਿਨ ਇਹਨਾਂ ਨੇ ਕਰ ਲਿੱਤਾ ਕੀ ਚੱਕਰ ਕੀ ਕਾਦੇ ਵਾਸਤੇ ਉਸ ਦਾ ਡਰ ਨਹੀਂ ਮੁੱਕਦਾ ਜਾਂਦਾ ਪਰ ਇੰਨਾ ਵਰਗੇ ਨੂੰ ਹੌਸਲਾ ਕਿੱਥੋਂ ਮਿਲਦਾ ਵਾ ਉਹ ਬੜੀ 3 ਵੀਲਰ ਚਲਾਉਂਦਾ ਵਾ ਤੇ 3 ਵੀਲਰ ਚਲਾਉਂਦਿਆਂ ਇਹਦੇ ਨਾਲ ਉਹ ਬੈਠੀ ਆ ਮੁੜ ਕੇ ਇਹਨੇ ਉਹਦਣਾ ਇਹ ਕੰਮ ਕਰ ਲਿਆ ਕੁੜੀ ਦੀ ਏਜ ਕਿੰਨੀ ਸੀ ਕੁੜੀ ਦੀ 15 ਸਾਲ ਠੀਕ ਹਾਂਜੀ